Hello friends, welcome back to channel How to Simplify Education. Punjab School Education Board 10th ਤੇ 12th ਸਟੂਡੈਂਟਸ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਆ ਰਹੀ ਹੈ ਜੀ। ਇਹ ਜੋ ਅਪਡੇਟ ਆਈ ਹੈ ਜੀ, ਇਹ 10th ਤੇ 12th ਸ਼੍ਰੇਣੀ ਦੇ ਦਾਖਲਿਆਂ ਨਾਲ ਸੰਬੰਧਿਤ ਅਪਡੇਟ ਹੈ ਜੀ। ਬਿਲਕੁਲ ਲੇਟੈਸਟ ਨਿਊਜ਼ ਹੈ, ਜਿਸ ਦੇ ਵਿੱਚ ਜੋ ਸਟੂਡੈਂਟਸ 10th ਤੇ 12th ਦੇ ਵਿੱਚ ਦਾਖਲਾ ਲੈਣ ਵੱਲੋਂ ਰਹਿ ਗਏ ਸਨ, ਉਹਨਾਂ ਨੂੰ ਹੋਰ ਮੌਕਾ ਦਿੱਤਾ ਗਿਆ ਜੀ। ਅਤੇ ਇਹਦੇ ਸੰਬੰਧ ਦੇ ਵਿੱਚ ਜੋ ਨਿਊਜ਼ ਆਈ ਹੈ, ਆਓ ਉਸ ਨਿਊਜ਼ ਨੂੰ ਦੇਖਦੇ ਹਾਂ ਜੀ। ਓਪਨ ਸਕੂਲ ਰਾਹੀਂ 10th ਅਤੇ 12th ਸ਼੍ਰੇਣੀ 'ਚ ਦਾਖਲੇ ਲੈਣ ਦੀਆਂ ਮਿਤੀਆਂ 'ਚ ਵਾਧਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਦੀਆਂ ਅਕਾਦਮਿਕ ਸਾਲ 2019-20 ਲਈ 10th ਅਤੇ 12th ਸ਼੍ਰੇਣੀ ਵਿੱਚ ਦਾਖਲਾ ਨਾ ਲੈਣ ਸਕਣ ਵਾਲੇ ਵਿਦਿਆਰਥੀਆਂ ਦੇ ਦਾਖਲੇ ਦੀਆਂ ਮਿਤੀਆਂ ਵਿੱਚ ਵਾਧਾ ਕੀਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਾਇਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10th ਸ਼੍ਰੇਣੀ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ 3 ਫਰਵਰੀ ਤੱਕ 10,000 ਰੁਪਏ ਲੇਟ ਫੀਸ ਨਾਲ ਅਤੇ 15 ਫਰਵਰੀ ਤੱਕ 11,000 ਰੁਪਏ ਲੇਟ ਫੀਸ ਨਾਲ ਦਾਖਲਾ ਲੈਣ ਲਈ ਚਲਾਨ ਜਨਰੇਟ ਕਰ ਸਕਣਗੇ। ਉਪਰੰਤ 3 ਫਰਵਰੀ ਤੱਕ ਜਨਰੇਟ ਕੀਤੇ ਚਲਾਨ ਨੂੰ 12 ਫਰਵਰੀ ਤੱਕ ਬੈਂਕ ਵਿੱਚ ਜਮ੍ਹਾਂ ਕਰਵਾਏ ਜਾ ਸਕਣਗੇ, ਪਰ 15 ਫਰਵਰੀ ਤੱਕ ਜਨਰੇਟ ਕੀਤੇ ਗਏ ਚਲਾਨ 17 ਫਰਵਰੀ ਤੱਕ ਹੀ ਬੈਂਕ ਵਿੱਚ ਜਮ੍ਹਾਂ ਕਰਵਾਏ ਜਾ ਸਕਣਗੇ। ਇਸ ਤਰ੍ਹਾਂ 12th ਸ਼੍ਰੇਣੀ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ 10,000 ਰੁਪਏ ਲੇਟ ਫੀਸ ਨਾਲ 29 ਜਨਵਰੀ ਤੱਕ ਦਾਖਲਾ ਲੈਣ ਲਈ ਚਲਾਨ ਜਨਰੇਟ ਕਰਨ ਉਪਰੰਤ ਫਾਰਮ 31 ਜਨਵਰੀ ਤੱਕ ਜਮ੍ਹਾਂ ਕਰਵਾ ਸਕਦੇ ਹਨ। ਇਸ ਸੰਬੰਧੀ ਵਧੇਰੇ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਫੀਸ਼ੀਅਲ ਵੈਬਸਾਈਟ ਤੋਂ ਹਾਸਲ ਕੀਤੀ ਜਾ ਸਕਦੀ ਹੈ। ਤਾਂ ਜੀ, ਇੱਥੇ 10th ਅਤੇ 12th ਦੇ ਸਟੂਡੈਂਟਸ ਲਈ ਗੁੱਡ ਨਿਊਜ਼ ਆਈ ਹੈ ਜੀ। ਜਿਹੜੇ ਸਟੂਡੈਂਟਸ 10th ਅਤੇ 12th ਵਿੱਚ ਓਪਨ ਸਕੂਲ ਰਾਹੀਂ ਫਾਰਮ ਭਰਨਾ ਚਾਹੁੰਦੇ ਹਨ, ਉਹ ਲੇਟ ਫੀਸ ਨਾਲ ਹੁਣ ਫਾਰਮ ਅਗਲੀਆਂ ਮਿਤੀਆਂ ਤੱਕ ਭਰ ਸਕਦੇ ਹਨ। ਡਿਟੇਲ ਦੇ ਵਿੱਚ ਜਾਣਕਾਰੀ ਹਾਸਲ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਫੀਸ਼ੀਅਲ ਵੈਬਸਾਈਟ 'ਤੇ ਵਿਜ਼ਿਟ ਕੀਤਾ ਜਾ ਸਕਦਾ ਹੈ।